ਬਾਅਦ ਆਏ ਹੜ੍ਹਾਂ ਨੇ ਨਿਰੀ ਤਬਾਹੀ ਮਚਾਈ ਹੋਈ ਹੈ ਤੇ ਤਸਵੀਰਾਂ ਬੇਹੱਦ ਖੌਫਨਾਕ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆਵਾਂ ਦੇ ਵਾਂਗ ਸੜਕਾਂ ਦੇ ਉੱਤੋਂ ਪਾਣੀ ਵਹਿ ਰਿਹਾ ਹੈ। ਤਸਵੀਰਾਂ ਦੇਖੋ ਜਿੱਥੇ ਰਾਜਸਥਾਨ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਜੋ ਹੜ੍ਹ ਆਏ ਨੇ ਤਾਂ ਹੜ੍ਹਾਂ ਦੇ ਵਿੱਚ ਰਾਜਸਥਾਨ ਦੇ ਕਈ ਸ਼ਹਿਰ ਡੁੱਬ ਗਏ ਨੇ। ਤਸਵੀਰਾਂ ਨੇ ਜਿੱਥੇ ਰੇਲਵੇ ਫਾਟਕ ਤੱਕ ਰੇਲਵੇ ਟਰੈਕ ਵੀ ਪਾਣੀ 'ਚ ਡੁੱਬੇ ਹੋਏ ਨੇ ਤੇ ਰੇਲਵੇ ਸਟੇਸ਼ਨ ਦੇ ਵੀ ਹਾਲ ਦੇਖ ਲਓ, ਕਿਸ ਕਦਰ ਪਾਣੀ ਭਰਿਆ ਹੋਇਆ ਹੈ। ਲੋਕ ਕੰਧਾਂ ਤੇ ਚੜ੍ਹ ਕੇ ਫਿਰ ਸਟੇਸ਼ਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ ਦੇਖੋ, ਇੱਕ ਪਾਸੇ ਤਾਂ ਜਿੱਥੇ ਫਲੌਦੀ ਦੇ ਮਲਾਰ ਦੇ ਰੇਲਵੇ ਫਾਟਕ ਦੀਆਂ ਤਸਵੀਰਾਂ ਨੇ ਕਿ ਰੇਲਵੇ ਟਰੈਕ ਤਾਂ ਪਾਣੀ 'ਚ ਡੁੱਬੇ ਹੀ ਨੇ, ਇੱਥੇ ਰੇਲਵੇ ਫਾਟਕ ਵੀ ਜਿਹੜੇ ਨੇ ਉਹ ਵੀ ਪਾਣੀ 'ਚ ਡੁੱਬੇ ਹੋਏ ਨੇ ਤੇ ਇੱਥੋਂ ਦਰਿਆ ਵਹਿ ਰਹੇ ਨੇ। ਬੇਹੱਦ ਖੌਫਨਾਕ ਤਸਵੀਰਾਂ ਨੇ, ਤਬਾਹੀ ਮਚੀ ਹੋਈ ਹੈ ਇੱਥੇ ਰਾਜਸਥਾਨ ਦੇ ਵਿੱਚ ਜੋ ਹੜ੍ਹ ਆਏ ਨੇ। ਦੂਜੇ ਪਾਸੇ ਬੀਕਾਨੇਰ ਦਾ ਇਹ ਰੇਲਵੇ ਸਟੇਸ਼ਨ ਵੀ ਤੁਹਾਨੂੰ ਦਿਖਾ ਰਹੇ, ਰੇਲਵੇ ਸਟੇਸ਼ਨ ਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਲੋਕ ਇੱਥੇ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਲਈ ਜਾਂ ਬਾਹਰ ਨਿਕਲਣ ਲਈ ਕੰਧਾਂ ਦਾ ਸਹਾਰਾ ਲੈ ਰਹੇ ਨੇ, ਬੰਨੀਆਂ ਦਾ ਸਹਾਰਾ ਲੈ ਰਹੇ ਨੇ, ਉੱਚੀਆਂ ਥਾਵਾਂ ਤੇ ਚੜ੍ਹ ਕੇ ਫਿਰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਾਣੀ ਇੱਥੇ ਕਾਫੀ ਭਰਿਆ ਹੋਇਆ ਹੈ ਤੇ ਇਹ ਪਾਣੀ ਠਹਿਰਿਆ ਹੋਇਆ ਨਹੀਂ ਹੈ, ਬਲਕਿ ਇਹ ਲਗਾਤਾਰ ਵਗ ਰਿਹਾ ਪਾਣੀ ਹੈ। ਜਿਵੇਂ ਦਰਿਆਵਾਂ ਨਦੀਆਂ ਦੇ ਵਿੱਚ ਪਾਣੀ ਵਗਦਾ, ਇਸੇ ਤਰ੍ਹਾਂ ਇਹ ਰੇਲਵੇ ਸਟੇਸ਼ਨ, ਰੇਲਵੇ ਫਾਟਕ ਤੇ ਸ਼ਹਿਰਾਂ ਦੇ ਵਿੱਚੋਂ ਦੀ ਹੋ ਕੇ ਪਾਣੀ ਲੰਘ ਰਿਹਾ ਹੈ। ਇਸ ਦੇ ਨਾਲ ਕਈ ਗੱਡੀਆਂ, ਮੋਟਰਸਾਈਕਲ, ਕਾਫੀ ਕੁਛ ਰੁੜ ਵੀ ਗਿਆ ਹੈ। ਲੋਕ ਇੱਥੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਂਕਿ ਗੱਡੀਆਂ ਵੀ ਇੱਥੇ ਰੱਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਰੇਲਵੇ ਟਰੈਕ ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਨੇ, ਰੇਲਵੇ ਸਟੇਸ਼ਨ ਪਾਣੀ 'ਚ ਡੁੱਬਿਆ ਹੋਇਆ, ਜਿਸ ਕਰਕੇ ਟ੍ਰੇਨਾਂ ਵੀ ਨਹੀਂ ਚੱਲ ਰਹੀਆਂ ਨੇ ਤੇ ਇਹ ਜੋ ਯਾਤਰੀ ਇੱਥੇ ਰੇਲਵੇ ਸਟੇਸ਼ਨ 'ਤੇ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਦੇ ਬੈਠਣ ਲਈ, ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਬਚੀ ਹੈ। ਤਸਵੀਰਾਂ ਦੇਖੋ ਕਿ ਰੇਲਵੇ ਸਟੇਸ਼ਨ ਦੇ ਬਾਹਰ ਡਸਟਬਿਨ ਤੱਕ ਰੁੜ ਕੇ ਆਏ ਹੋਏ ਨੇ, ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਲੋਕ ਉੱਥੇ ਬੈਠ ਵੀ ਨਹੀਂ ਪਾ ਰਹੇ, ਕੰਧਾਂ ਦੇ ਉੱਤੇ ਚੜ੍ਹ ਕੇ, ਬੰਨੀਆਂ ਦੇ ਥੜਿਆਂ ਦੇ ਉੱਤੇ ਚੜ੍ਹ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੀਂਹ ਤੋਂ ਬਾਅਦ ਆਏ ਹੜ੍ਹਾਂ ਨੇ ਨਿਰੀ ਤਬਾਹੀ ਮਚਾਈ ਹੋਈ ਹੈ ਤੇ ਤਸਵੀਰਾਂ ਬੇਹੱਦ ਖੌਫਨਾਕ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆਵਾਂ ਦੇ ਵਾਂਗ ਸੜਕਾਂ ਦੇ ਉੱਤੋਂ ਪਾਣੀ ਵਹਿ ਰਿਹਾ ਹੈ। ਤਸਵੀਰਾਂ ਦੇਖੋ ਜਿੱਥੇ ਰਾਜਸਥਾਨ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਜੋ ਹੜ੍ਹ ਆਏ ਨੇ ਤਾਂ ਹੜ੍ਹਾਂ ਦੇ ਵਿੱਚ ਰਾਜਸਥਾਨ ਦੇ ਕਈ ਸ਼ਹਿਰ ਡੁੱਬ ਗਏ ਨੇ। ਤਸਵੀਰਾਂ ਨੇ ਜਿੱਥੇ ਰੇਲਵੇ ਫਾਟਕ ਤੱਕ ਰੇਲਵੇ ਟਰੈਕ ਵੀ ਪਾਣੀ 'ਚ ਡੁੱਬੇ ਹੋਏ ਨੇ ਤੇ ਰੇਲਵੇ ਸਟੇਸ਼ਨ ਦੇ ਵੀ ਹਾਲ ਦੇਖ ਲਓ, ਕਿਸ ਕਦਰ ਪਾਣੀ ਭਰਿਆ ਹੋਇਆ ਹੈ। ਲੋਕ ਕੰਧਾਂ ਤੇ ਚੜ੍ਹ ਕੇ ਫਿਰ ਸਟੇਸ਼ਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ ਦੇਖੋ, ਇੱਕ ਪਾਸੇ ਤਾਂ ਜਿੱਥੇ ਫਲੌਦੀ ਦੇ ਮਲਾਰ ਦੇ ਰੇਲਵੇ ਫਾਟਕ ਦੀਆਂ ਤਸਵੀਰਾਂ ਨੇ ਕਿ ਰੇਲਵੇ ਟਰੈਕ ਤਾਂ ਪਾਣੀ 'ਚ ਡੁੱਬੇ ਹੀ ਨੇ, ਇੱਥੇ ਰੇਲਵੇ ਫਾਟਕ ਵੀ ਜਿਹੜੇ ਨੇ ਉਹ ਵੀ ਪਾਣੀ 'ਚ ਡੁੱਬੇ ਹੋਏ ਨੇ ਤੇ ਇੱਥੋਂ ਦਰਿਆ ਵਹਿ ਰਹੇ ਨੇ। ਬੇਹੱਦ ਖੌਫਨਾਕ ਤਸਵੀਰਾਂ ਨੇ, ਤਬਾਹੀ ਮਚੀ ਹੋਈ ਹੈ ਇੱਥੇ ਰਾਜਸਥਾਨ ਦੇ ਵਿੱਚ ਜੋ ਹੜ੍ਹ ਆਏ ਨੇ। ਦੂਜੇ ਪਾਸੇ ਬੀਕਾਨੇਰ ਦਾ ਇਹ ਰੇਲਵੇ ਸਟੇਸ਼ਨ ਵੀ ਤੁਹਾਨੂੰ ਦਿਖਾ ਰਹੇ, ਰੇਲਵੇ ਸਟੇਸ਼ਨ ਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਲੋਕ ਇੱਥੇ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਲਈ ਜਾਂ ਬਾਹਰ ਨਿਕਲਣ ਲਈ ਕੰਧਾਂ ਦਾ ਸਹਾਰਾ ਲੈ ਰਹੇ ਨੇ, ਬੰਨੀਆਂ ਦਾ ਸਹਾਰਾ ਲੈ ਰਹੇ ਨੇ, ਉੱਚੀਆਂ ਥਾਵਾਂ ਤੇ ਚੜ੍ਹ ਕੇ ਫਿਰ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਾਣੀ ਇੱਥੇ ਕਾਫੀ ਭਰਿਆ ਹੋਇਆ ਹੈ ਤੇ ਇਹ ਪਾਣੀ ਠਹਿਰਿਆ ਹੋਇਆ ਨਹੀਂ ਹੈ, ਬਲਕਿ ਇਹ ਲਗਾਤਾਰ ਵਗ ਰਿਹਾ ਪਾਣੀ ਹੈ।
ਜਿਵੇਂ ਦਰਿਆਵਾਂ ਨਦੀਆਂ ਦੇ ਵਿੱਚ ਪਾਣੀ ਵਗਦਾ, ਇਸੇ ਤਰ੍ਹਾਂ ਇਹ ਰੇਲਵੇ ਸਟੇਸ਼ਨ, ਰੇਲਵੇ ਫਾਟਕ ਤੇ ਸ਼ਹਿਰਾਂ ਦੇ ਵਿੱਚੋਂ ਦੀ ਹੋ ਕੇ ਪਾਣੀ ਲੰਘ ਰਿਹਾ ਹੈ। ਇਸ ਦੇ ਨਾਲ ਕਈ ਗੱਡੀਆਂ, ਮੋਟਰਸਾਈਕਲ, ਕਾਫੀ ਕੁਛ ਰੁੜ ਵੀ ਗਿਆ ਹੈ। ਲੋਕ ਇੱਥੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਂਕਿ ਗੱਡੀਆਂ ਵੀ ਇੱਥੇ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਰੇਲਵੇ ਟਰੈਕ ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਨੇ, ਰੇਲਵੇ ਸਟੇਸ਼ਨ ਪਾਣੀ 'ਚ ਡੁੱਬਿਆ ਹੋਇਆ, ਜਿਸ ਕਰਕੇ ਟ੍ਰੇਨਾਂ ਵੀ ਨਹੀਂ ਚੱਲ ਰਹੀਆਂ ਨੇ ਅਤੇ ਇਹ ਜੋ ਯਾਤਰੀ ਇੱਥੇ ਰੇਲਵੇ ਸਟੇਸ਼ਨ 'ਤੇ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦੇ ਬੈਠਣ ਲਈ, ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਬਚੀ ਹੈ। ਤਸਵੀਰਾਂ ਦੇਖੋ ਕਿ ਰੇਲਵੇ ਸਟੇਸ਼ਨ ਦੇ ਬਾਹਰ ਡਸਟਬਿਨ ਤੱਕ ਰੁੜ ਕੇ ਆਏ ਹੋਏ ਨੇ। ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਲੋਕ ਉੱਥੇ ਬੈਠ ਵੀ ਨਹੀਂ ਪਾ ਰਹੇ, ਕੰਧਾਂ ਦੇ ਉੱਤੇ ਚੜ੍ਹ ਕੇ, ਬੰਨੀਆਂ ਦੇ ਥੜਿਆਂ ਦੇ ਉੱਤੇ ਚੜ੍ਹ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।